इट्स जी के गुरु जी चैनल वेख रहे सारे साथियों नूं मेरे वालों सत श्री अकाल जी। अज दी इस वीडियो विच आपां लाभपात्री कापी यानी कि लेबर कार्ड बारे दसांगे कि किवें तुसी अपना लेबर कार्ड बनवा सकते हो, लेबर कार्ड बनवाउण लई तुहाडे कोल की योग्यता होनी चाहीदी है, इस दी किन्नी फीस हुंदी है, इस नूं बनाउण दे की फायदे हन। कईयां ने तां इह कार्ड बनवा लिया होवेगा ते इस लेबर कार्ड दा उह लाभ भी उठा रहे होणगे, पर जिन्हां ने हले तक ਇਹ ਕਾਰਡ ਨਹੀਂ ਬਣਵਾਇਆ ਇਹ ਵੀਡੀਓ ਸਪੈਸ਼ਲ ਉਹਨਾਂ ਲਈ ਹੈ। ਇਸ ਲਈ ਵੀਡੀਓ ਨੂੰ ਤੁਸੀਂ ਪੂਰਾ ਤੇ ਧਿਆਨ ਨਾਲ ਵੇਖਣਾ ਹੈ ਜੀ। ਸਟਾਰਟ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਨੂੰ। ਹਾਂਜੀ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦਿੱਤਾ ਹੋਇਆ ਜੀ ਲਾਭਪਾਤਰੀ ਕੌਣ ਬਣ ਸਕਦਾ ਹੈ ਜਾਂ ਫਿਰ ਲਾਭਪਾਤਰੀ ਦਾ ਕਾਰਡ ਕੌਣ ਬਣਵਾ ਸਕਦਾ ਹੈ। ਜਿਵੇਂ ਕਿ ਰਾਜ ਮਿਸਤਰੀ, ਇੱਟਾਂ ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੈਲਡਰ, ਇਲੈਕਟ੍ਰੀਸ਼ੀਅਨ, ਸੀਵਰਮੈਨ, ਮਾਰਬਲ ਟਾਈਲਾਂ ਲਗਾਉਣ ਵਾਲੇ, ਫਰਸ਼ ਰਗੜਾਈ ਕਰਨ ਵਾਲੇ, ਪੈਂਟਰ, POP ਕਰਨ ਵਾਲੇ। ਹਾਂਜੀ ਜੇਕਰ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਵੀ ਕੀਤਾ ਹੈ ਤਾਂ ਤੁਸੀਂ ਆਪਣਾ ਲਾਭਪਾਤਰੀ ਕਾਰਡ ਬਣਵਾ ਸਕਦੇ ਹੋ। ਇਸ ਤੋਂ ਇਲਾਵਾ ਸੜਕਾਂ ਬਣਾਉਣ ਅਤੇ ਕਿਸੇ ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ ਵੰਡ, ਸਿੰਚਾਈ, ਪਾਣੀਆਂ ਦੀ ਵੰਡ ਜਾਂ ਨਿਕਾਸੀ, ਟੈਲੀਫੋਨ ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ, ਮੁਰੰਮਤ, ਰੱਖ ਰਖਾਵ ਜਾਂ ਤੋੜ ਫੋੜ ਦੇ ਕੰਮ ਲਈ ਕੁਸ਼ਲ ਕਾਰੀਗਰ। ਹਾਂਜੀ ਜੇਕਰ ਤੁਸੀਂ ਇਹਨਾਂ ਵਿੱਚੋਂ ਜਿਵੇਂ ਕਿ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਇਮਾਰਤਾਂ ਜਿਵੇਂ ਕਿ ਸਕੂਲਾਂ ਵਿੱਚ ਨਵੀਆਂ ਇਮਾਰਤਾਂ ਬਣਦੀਆਂ ਨੇ ਉਹਨਾਂ ਦੀ ਤੋੜ ਫੋੜ ਕਰਨ ਵਿੱਚ ਅਤੇ ਉਹਨਾਂ ਨੂੰ ਬਣਾਉਣ ਵਿੱਚ ਜਾਂ ਫਿਰ ਉਹਨਾਂ ਦੇ ਰੱਖ ਰਖਾਵ ਵਿੱਚ ਤੁਸੀਂ ਕੁਸ਼ਲ ਹੈਗੇ ਹੋ ਤਾਂ ਤੁਸੀਂ ਵੀ ਇਹ ਕਾਰਡ ਬਣਵਾ ਸਕਦੇ ਹੋ। ਇਸ ਤੋਂ ਇਲਾਵਾ ਪੱਟੀਆਂ ਦੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਟੈਂਟ ਲਗਾਉਣ ਵਾਲੇ, ਹੋਲਡਿੰਗ, ਬੈਨਰ ਬਣਾਉਣ ਅਤੇ ਹੋਰ ਬਣੀਆਂ ਬਿਲਡਿੰਗਾਂ ਨੂੰ ਢਾਉਣ ਵਾਲੇ, ਮੁਰੰਮਤ ਅਤੇ ਰੱਖ ਰਖਾਵ ਵਾਲੇ ਕਿਰਤੀ ਬੋਰਡ ਦੇ ਲਾਭਪਾਤਰੀ ਬਣ ਸਕਦੇ ਹਨ। ਹਾਂਜੀ ਜੇਕਰ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਵੀ ਕਿੱਤਾ ਹੈਗਾ ਤਾਂ ਤੁਸੀਂ ਆਪਣਾ ਲਾਭਪਾਤਰੀ ਕਾਰਡ ਬਣਵਾ ਸਕਦੇ ਹੋ। ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਲਾਭਪਾਤਰੀ ਬਣਨ ਲਈ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਤਾਂ ਸਭ ਤੋਂ ਪਹਿਲਾਂ ਦਿੱਤਾ ਹੈ ਜੀ ਲਾਭਪਾਤਰੀ ਬਣਨ ਦੇ ਲਈ ਉਮਰ ਜਿਹੜੀ ਹੈਗੀ ਹੈ 18 ਤੋਂ 60 ਸਾਲ ਹੋਣੀ ਚਾਹੀਦੀ ਹੈ। ਸੈਕਿੰਡ ਆਪਸ਼ਨ ਦਿੱਤਾ ਜੀ ਪਿਛਲੇ 12 ਮਹੀਨੇ ਦੌਰਾਨ ਉਸਾਰੀ ਨੇ ਘੱਟੋ ਘੱਟ 90 ਦਿਨ ਕੰਮ ਕੀਤਾ ਹੋਵੇ। ਤੀਜਾ ਆਪਸ਼ਨ ਹੈਗਾ ਜੀ ਆਧਾਰ ਕਾਰਡ ਦੀ ਕਾਪੀ ਹੋਣੀ ਚਾਹੀਦੀ ਹੈ। ਚੌਥਾ ਆਪਸ਼ਨ ਹੈਗਾ ਸਾਰੇ ਪਰਿਵਾਰ ਦੀ ਫੋਟੋ। ਹਾਂਜੀ ਫੋਟੋ ਜਿਹੜੀ ਹੋਵੇ ਉਸਦਾ ਜਿਹੜਾ ਬੈਕਗਰਾਊਂਡ ਹੋਵੇ ਉਹ ਪਲੇਨ ਹੋਣਾ ਚਾਹੀਦਾ ਹੈ। ਪੰਜਵਾਂ ਆਪਸ਼ਨ ਹੈਗਾ ਜੀ ਇੱਕ ਪਾਸਪੋਰਟ ਸਾਈਜ਼ ਫੋਟੋ। ਹਾਂਜੀ ਇਹ ਵੀ ਫੋਟੋ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਯਾਨੀ ਕਿ ਜਿਹੜਾ ਬੈਕਗਰਾਊਂਡ ਹੋਵੇ ਉਹ ਵਾਈਟ ਹੋਣਾ ਚਾਹੀਦਾ ਹੈ ਤਾਂ ਕਿ ਫੋਟੋ ਜਿਹੜੀ ਤੁਹਾਡੀ ਕਲੀਅਰ ਵਿਖਾਈ ਦੇਵੇ। ਨੈਕਸਟ ਦਿੱਤਾ ਜੀ ਬੈਂਕ ਅਕਾਊਂਟ ਦੀ ਕਾਪੀ। ਹਾਂਜੀ ਇਹ ਵੀ ਜਿਹੜਾ ਬੈਂਕ ਤੁਹਾਡਾ ਖਾਤਾ ਹੋਵੇ ਉਹ ਐਕਟਿਵ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਤੁਹਾਡਾ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ। ਹਾਂਜੀ ਇਹ ਸਭ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਤੁਹਾਡੀ ਲਾਭਪਾਤਰੀ ਕਾਪੀ ਬਣਾਉਣ ਲਈ। ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਦੀ ਫੀਸ ਦੀ। ਕੇਵਲ ਇੱਕ ਵਾਰ 25 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਲੱਗੇਗੀ ਅਤੇ ਜੇਕਰ ਤੁਸੀਂ ਲਾਭਪਾਤਰੀ ਨੂੰ ਇਸ ਦੀ ਮੈਂਬਰਸ਼ਿਪ ਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਸਰਕਾਰ ਵੱਲੋਂ ਨਿਰਧਾਰਿਤ 10 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਜਮ੍ਹਾਂ ਕਰਾਉਣੇ ਪੈਣਗੇ। ਇਸ ਤੋਂ ਇਲਾਵਾ ਸਮੁੱਚੇ ਦਸਤਾਵੇਜ਼ ਬੋਰਡ ਦੇ ਪਰਫੋਰਮੇ ਜਿਵੇਂ ਕਿ 27 ਨੰਬਰ ਫਾਰਮ ਅਤੇ 29 ਨੰਬਰ ਫਾਰਮ ਜਿਹੜਾ ਤੁਸੀਂ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਮ੍ਹਾਂ ਕਰਾਉਣਾ ਹੈ। ਲਾਭਪਾਤਰੀ ਰਜਿਸਟਰ ਹੋਣ ਲਈ ਅਤੇ ਕੋਈ ਵੀ ਸਕੀਮ ਦਾ ਲਾਭ ਲੈਣ ਲਈ ਸੇਵਾ ਕੇਂਦਰ ਵਿੱਚ ਸੰਪਰਕ ਕਰੋ। ਫਾਰਮ ਸੇਵਾ ਕੇਂਦਰ ਵਿੱਚੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਹਾਂਜੀ ਇਹ ਸਿਰਫ CSC ਸੈਂਟਰ ਅਤੇ ਸੇਵਾ ਕੇਂਦਰ ਵਿੱਚ ਹੀ ਭਰੇ ਜਾਂਦੇ ਨੇ ਫਾਰਮ ਲਾਭਪਾਤਰੀ ਦੇ। ਅਤੇ ਹੋਰ ਵਧੇਰੇ ਜਾਣਕਾਰੀ ਲਈ ਕਿਰਤ ਇੰਸਪੈਕਟਰ, ਸਹਾਇਕ ਕਿਰਤ ਜਾਂ ਫਿਰ ਕਮਿਸ਼ਨਰ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਲਾਭ ਦੀਆਂ ਸਕੀਮਾਂ ਦੀ ਯਾਨੀ ਕਿ ਜੇਕਰ ਤੁਹਾਡੀ ਲਾਭਪਾਤਰੀ ਕਾਪੀ ਬਣੀ ਹੈ ਤਾਂ ਤੁਸੀਂ ਇਹਨਾਂ ਸਕੀਮਾਂ ਦਾ ਫਾਇਦਾ ਉਠਾ ਸਕਦੇ ਹੋ। ਸਭ ਤੋਂ ਪਹਿਲਾਂ ਦਿੱਤਾ ਜੀ ਐਕਸਗ੍ਰੇਸੀਆ ਸਕੀਮ। ਪੰਜੀਕ੍ਰਿਤ ਲਾਭਪਾਤਰੀ ਦੀ ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਐਕਸਗ੍ਰੇਸੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ 'ਤੇ 3 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜੀਕ੍ਰਿਤ ਲਾਭਪਾਤਰੀ ਦੀ ਪੂਰਨ ਅਪੰਗਤਾ 100% ਹੋਣ 'ਤੇ ਐਕਸਗ੍ਰੇਸੀਆ ਸਕੀਮ ਅਧੀਨ 4 ਲੱਖ ਰੁਪਏ
ਅਤੇ ਲਾਭਪਾਤਰੀ ਦੀ ਆਸ਼ਕ ਅਪੰਗਤਾ ਦੀ ਸੂਰਤ ਵਿੱਚ ਹਰੇਕ 1% ਅਪੰਗਤਾ ਲਈ 4 ਲੱਖ ਰੁਪਏ ਜੋ ਕਿ ਵੱਧ ਤੋਂ ਵੱਧ 4 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ। ਹਾਂਜੀ ਸੈਕਿੰਡ ਦਿੱਤਾ ਜੀ, ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀ ਦੇ ਬੱਚਿਆਂ ਲਈ ਪਹਿਲੀ ਕਲਾਸ ਤੋਂ ਉੱਚ ਸਿੱਖਿਆ ਤੱਕ ਵਜ਼ੀਫਾ ਵਰਦੀ ਸਟੇਸ਼ਨਰੀ ਪੱਤਾ ਰੁਪਏ 3000 ਤੋਂ 70000 ਰੁਪਏ ਤੱਕ ਦਿੱਤਾ ਜਾਵੇਗਾ। ਤੀਜਾ ਨੰਬਰ ਦਿੱਤਾ ਜੀ, ਪੰਜੀਕ੍ਰਿਤ ਉਸਾਰੀ ਕਿਰਤੀ ਦੀ ਲੜਕੀ ਦੀ ਸ਼ਾਦੀ ਲਈ ਸ਼ਗਨ ਸਕੀਮ, ਯਾਨੀ ਕਿ ਜਿਸ ਦੀ ਲਾਭਪਾਤਰੀ ਬਣੀ ਹੈ ਉਸ ਦੀ ਲੜਕੀ ਦੀ ਸ਼ਾਦੀ 'ਤੇ ਸ਼ਗਨ ਸਕੀਮ ਦਿੱਤੀ ਜਾਵੇਗੀ, ਜਿਸ ਵਿੱਚ 31000 ਰੁਪਏ ਦੀ ਰਕਮ ਦਿੱਤੀ ਜਾਵੇਗੀ। ਜੇਕਰ ਲੜਕੀ ਬੋਰਡ ਪਾਸ ਖੁਦ ਬਤੌਰ ਲਾਭਪਾਤਰੀ ਰਜਿਸਟਰਡ ਹੋਵੇ ਤਾਂ ਉਹ ਵੀ ਇਸ ਸਕੀਮ ਅਧੀਨ ਆਪਣੀ ਸ਼ਾਦੀ ਲਈ ਸ਼ਗਨ ਦੀ ਰਾਸ਼ੀ ਪ੍ਰਾਪਤ ਕਰਨ ਦੀ ਹੱਕਦਾਰ ਹੋਵੇਗੀ। ਚੌਥਾ ਪੁਆਇੰਟ ਦਿੱਤਾ ਜੀ, ਲਾਭਪਾਤਰੀ ਨੂੰ ਛੁੱਟੀ ਦੌਰਾਨ ਯਾਤਰਾ ਲਈ ਹਰ 2 ਸਾਲ ਉਪਰੰਤ 2000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਹਾਂਜੀ, ਜਿਹਦੀ ਲਾਭਪਾਤਰੀ ਕਾਪੀ ਬਣੀ ਹੈ ਉਹ ਜੇਕਰ ਛੁੱਟੀਆਂ ਵਿੱਚ ਕਿੱਥੇ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਹਰ 2 ਸਾਲ ਉਪਰੰਤ 2000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਪੰਜਵਾਂ ਪੁਆਇੰਟ ਹੈ ਜੀ, ਉਸਾਰੀ ਕੰਮਾਂ ਵਿੱਚ ਲੱਗੇ ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਵਾਸਤੇ ਖਤਰਨਾਕ ਬਿਮਾਰੀਆਂ ਦੇ ਇਲਾਜ ਲਈ ਖਰਚੇ ਦੀ ਪ੍ਰਤੀਪੂਰਤੀ ਬਾਰੇ ਸਕੀਮ ਅਧੀਨ ਵੱਧ ਤੋਂ ਵੱਧ 1 ਲੱਖ ਜਾਂ ਅਸਲ ਖਰਚ ਤੋਂ ਵੀ ਘੱਟ ਹੋਵੇ। ਛੇਵਾਂ ਪੁਆਇੰਟ ਦਿੱਤਾ ਜੀ, ਲਾਭਪਾਤਰੀ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੂੰ ਨਜ਼ਰ ਦੇ ਚਸ਼ਮੇ ਲਈ 800 ਰੁਪਏ, ਦੰਦਾਂ ਵਾਸਤੇ 5000 ਅਤੇ ਸੁਣਨ ਯੰਤਰ ਲਗਾਉਣ ਲਈ 6000 ਰੁਪਏ ਦੀ ਜਿਹੜੀ ਦਿੱਤੀ ਸਹਾਇਤਾ ਦੇਣ ਬਾਰੇ ਸਕੀਮ ਹੈ। ਸੱਤਵਾਂ ਨੰਬਰ ਹੈਗਾ ਜੀ, ਮੌਤ ਹੋਣ ਉਪਰੰਤ ਪੰਜਾਬ ਰਾਜ ਵਿੱਚ ਉਸਦੇ ਦਾਹ ਸੰਸਕਾਰ ਅਤੇ ਅੰਤਮ ਕਿਰਿਆਕ੍ਰਮ ਦੇ ਖਰਚੇ ਲਈ 20000 ਰੁਪਏ ਦੀ ਵਿੱਤੀ ਸਹਾਇਤਾ ਦੇਣ ਬਾਰੇ ਸਕੀਮ। ਅੱਠਵਾਂ ਨੰਬਰ ਹੈਗਾ ਜੀ, ਲਾਭਪਾਤਰੀ ਅਤੇ ਉਹਨਾਂ ਦੇ ਬੱਚਿਆਂ ਲਈ ਸਕਿੱਲ ਅਪਗ੍ਰੇਡੇਸ਼ਨ ਅਤੇ ਵੋਕੇਸ਼ਨਲ ਐਜੂਕੇਸ਼ਨ ਸਕੀਮ। ਨੌਵਾਂ ਨੰਬਰ ਹੈਗਾ ਜੀ, ਲਾਭਪਾਤਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਜਰਨਲ ਸਰਜਰੀ ਵਾਸਤੇ ਵੱਧ ਤੋਂ ਵੱਧ 50000 ਰੁਪਏ ਜਾਂ ਅਸਲ ਖਰਚ ਜੋ ਵੀ ਘੱਟ ਹੋਣ ਬਾਰੇ ਦਿੱਤੀ ਸਹਾਇਤਾ ਦਿੱਤੀ ਜਾਵੇਗੀ। ਹਾਂਜੀ, ਇਸ ਤੋਂ ਇਲਾਵਾ ਦਸਵਾਂ ਪੁਆਇੰਟ ਦਿੱਤਾ ਜੀ, ਲਾਭਪਾਤਰੀ ਦੀ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਘੱਟ ਤੋਂ ਘੱਟ 3 ਸਾਲ ਬੋਰਡ ਦੀ ਮੈਂਬਰਸ਼ਿਪ ਪੂਰੀ ਹੋਣ ਤੋਂ ਘੱਟ 24000 ਰੁਪਏ ਦੀ ਸਾਲਾਨਾ ਪੈਨਸ਼ਨ ਦਿੱਤੀ ਜਾਵੇਗੀ। 11ਵਾਂ ਪੁਆਇੰਟ ਹੈਗਾ ਜੀ, ਬਾਲੜੀ ਜਨਮ ਤੋਹਫਾ ਸਕੀਮ। ਇਸ ਸਕੀਮ ਅਧੀਨ ਜਿਹੜਾ ਲਾਭਪਾਤਰੀ ਹੋਵੇਗਾ ਉਸਦੀ ਲੜਕੀ ਦੇ ਜਨਮ 'ਤੇ 51000 ਰੁਪਏ ਦੀ ਰਾਸ਼ੀ ਲੜਕੀ ਦੇ ਨਾਂ 'ਤੇ ਬੈਂਕ ਵਿੱਚ ਬਤੌਰ FDR ਦੀ ਸ਼ਕਲ ਵਿੱਚ ਉਸ ਦੇ ਵਿਆਹ ਦੀ ਉਮਰ ਤੱਕ ਜਮ੍ਹਾਂ ਰਹੇਗੀ। ਇਹ ਸਹੂਲਤ ਕੇਵਲ 2 ਲੜਕੀਆਂ ਦੇ ਜਨਮ ਤੱਕ ਸੀਮਿਤ ਹੈ। 12ਵਾਂ ਪੁਆਇੰਟ ਹੈਗਾ ਜੀ, ਲਾਭਪਾਤਰੀ ਆਪਣੇ ਪਹਿਲੇ 2 ਬੱਚਿਆਂ ਦੇ ਜਨਮ ਸਮੇਂ ਪ੍ਰਸਤੁਤਾ ਸਕੀਮ ਅਧੀਨ 5000 ਰੁਪਏ ਅਤੇ ਇਸਤਰੀ ਲਾਭਪਾਤਰੀ 21000 ਰੁਪਏ ਦੀ ਵਿੱਤੀ ਸਹਾਇਤਾ ਪ੍ਰਤੀ ਬੱਚਾ ਲੈ ਸਕਣਗੇ। 13ਵਾਂ ਪੁਆਇੰਟ ਹੈਗਾ ਜੀ, ਲਾਭਪਾਤਰੀ ਨੂੰ ਟੂਲਜ ਯਾਨੀ ਕਿ ਔਜ਼ਾਰ ਖਰੀਦਣ ਲਈ 3000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦੀ ਸਕੀਮ। ਅਤੇ ਲਾਸਟ ਪੁਆਇੰਟ ਹੈਗਾ ਜੀ, ਲਾਭਪਾਤਰੀ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 20000 ਰੁਪਏ ਸਾਲਾਨਾ ਵਿੱਤੀ ਸਹਾਇਤਾ ਸਕੀਮ। ਹਾਂਜੀ ਸਾਥੀਓ, ਅੱਜ ਦੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਿਓ। ਇਸੇ ਤਰ੍ਹਾਂ ਹੀ ਨਵੀਆਂ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨਾਲ ਲੱਗੇ ਬੈੱਲ ਆਈਕਨ ਨੂੰ ਵੀ ਪ੍ਰੈਸ ਕਰਨਾ, ਜਿਸ ਦੇ ਨਾਲ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲਦੀ ਰਹੇਗੀ। ਹਾਂਜੀ ਫਰੈਂਡ, ਲਾਭਪਾਤਰੀ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਸਾਡੀ ਵੀਡੀਓ ਦੇ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੇ ਹੋ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ, ਉਦੋਂ ਤੱਕ ਦੇ ਲਈ ਟੇਕ ਕੇਅਰ।